हां जी पंजाबियो, वाहेगुरु जी का खालसा जी वाहेगुरु जी की फतेह। अज मैं उन्हां नूं चिट्टे नंगे करन लग्या जिन्हां दी अज मौजूदा सरकार है पंजाब दे विच। रीना राय बाहरले मुल्क चो आउंदी है ते आउण सार बाई दीप दे खिलाफ जहर उगलदी है। पहली ऐसी औरत है जेड़ी कहंदी है कि मैं उसकी मंगेतर सी, पर उस दे मरे तो बाद उहदी सवाड़ आउंदी फिर रही है। पहली ऐसी औरत है जी तो अपने फ्रेंड दी चढ़ाई नहीं जरी जांदी। पहली ऐसी औरत है जिहड़ी इन्ना जहर उगल रही है इंसान दे मरण तो बाद, ते उहदा साथ कौन दे रहे ने? आ झाड़ू पार्टी वाले। झाड़ू पार्टी वाले साथ क्यों दे रहे ने? साथ देना इन्हां दा बेचारियां दा बनदा है, क्योंकि दीप बाई ने पंजाब दे लोकां नूं सरकार बन तो पहले ही इस भगवंत मान बारे दसता सी इह की बनूगा। इसे करके दीप बाई झाड़ू वाले दी अखां च रड़कदा है। पर मैं इन्हां झाड़ू वाले नूं कहदा कि तुसी सत जन्मां विच तुसी दा की तुहाडे लीडर सत जन्मां दे विच दीप बाई दे पैर वर्गे भी नहीं बन सकदे। दीप बाई लड़िया साडी पग वास्ते ते तुहाडा भगवंत मान लड़ रहा केजरीवाल वास्ते कुर्सी वास्ते, ते तुसी दीप दी रीस करोगे? तुसी रीना राय दा साथ दे सकदे हो? दिओ, क्योंकि ओह तुहाडे वर्गी है, तुसी ओहदा साथ दिओगे? ते कुछ क कतीड़ां बड़ी उहनां नूं हुण अग लगी पई है। रीना राय किहदी धी है जी? रीना राय दी बेइज्जती करती जी, इह कुड़ी है जी, इहदे बारे दीप वाले ऐ बोलदे आ जी, इहदे बारे अमृतपाल दे साथी ऐ बोलदे आ जी। ओह तुसी चुप करो ए, ओह तुसी कहोगे इह गल्लां? तुसी किहनूं नहीं ट्रोल कीता? नवजोत कौर लंबी जिहड़ा बंदा तुहाडी पार्टी सरदा रहा, तुसी उस हिस्से नूं गद्दार कहिंदे रहे, तुसी ट्रोल करदे रहे। नवजोत कौर लंबी नूं तुसी की बोलिया? बेचारी नूं की बोलिया? अमनदीप कौर गौंसल संगरूर तों जिन्हें दस्या कि इस पार्टी दे विच की कुछ हो रहा है, धक्का हुंदा कुड़ियां दे नाल, बलात्कार हुंदे ने, ते उस नूं तुसी ट्रोल कीता? ते तुसी दसोंगे पंजाब दे लोकां नूं वी धीआं दी इज्जत कमें करी दी हुंदी है? ਤੁਸੀਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲਓ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲਓ ਝਾੜੂ ਵਾਲਿਓ। ਤੁਸੀਂ ਦੀਪ ਬਾਈ ਦੇ ਕਿਰਦਾਰ ਨੂੰ ਡੇਗ ਨਹੀਂ ਸਕਦੇ। ਦੀਪ ਬਾਈ ਸੱਚ ਕਹਿ ਕੇ ਗਿਆ ਸੀ ਤੁਹਾਡੇ ਲੀਡਰ ਬਾਰੇ, ਤੇ ਅੱਜ ਉਹੀ ਲੀਡਰ ਤੁਹਾਡਾ ਉਸੇ ਰਾਹਾਂ ਤੇ ਚੱਲਿਆ ਹੋਇਆ, ਬਿਆਨਤੇ ਵਾਲੇ ਰਾਹ ਤੇ ਚੱਲਿਆ ਹੋਇਆ। ਝੂਠੇ ਪਰਚੇ ਕੀਤੇ ਜਾ ਰਹੇ ਨੇ, ਜਾਣ ਬੁੱਝ ਕੇ ਜੇਲ੍ਹਾਂ ਸਿੱਖਾਂ ਦੇ ਨੌਜਵਾਨਾਂ ਨੂੰ ਤਲਬ ਕੀਤਾ ਜਾਂਦਾ ਹੈ, ਤਾੜਿਆ ਜਾਂਦਾ ਹੈ, ਸਿੱਖਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ, ਅਸਲੇ ਦੇ ਅਸਲੇ ਫੜ ਫੜ ਕੇ ਜੇਲ੍ਹਾਂ ਚ ਧਰਾਏ ਜਾ ਰਹੇ ਨੇ, ਤਾਂ ਜੋ ਸੈਂਟਰ ਨਾਲ ਰਲ ਕੇ ਤੁਹਾਡਾ ਭਗਵੰਤ ਪੰਜਾਬ ਨੂੰ ਅੱਗ ਚ ਧੱਕੇ ਤੇ ਅੱਗੋਂ ਪੰਜਾਬ ਦੇ ਲੋਕ ਨਿਹੱਥੇ ਹੋਣ। ਤਾਂ ਕੀਤਾ ਜਾ ਰਿਹਾ ਇਹ ਸਭ ਕੁਛ, ਤੁਸੀਂ ਬੋਲੋਗੇ? ਤੇ ਆ ਦੋ ਤਿੰਨ ਜਿਹੜੇ ਚੈਨਲ ਨੇ ਜੇ ਦੀਪ ਬਾਈ ਨੇ ਜਿਨ੍ਹਾਂ ਦਾ ਵਿਰੋਧ ਕੀਤਾ ਸੀ, ਉਹੀ ਅੱਜ ਚੈਨਲ ਰੀਨਾ ਰਾਏ ਨੂੰ ਮੂਹਰੇ ਬਿਠਾਈ ਬੈਠੇ ਹੈ। ਕੀ ਗੱਲ ਬਈ, ਬਿਠਾ ਲਓ, ਕੀ ਕਰ ਲਓਗੇ? ਉਹੀ ਰੀਨਾ ਰਾਏ ਜਿਹੜੀ ਸਾਲ ਚੁੱਪ ਰਹੀ, ਕਿਉਂ ਨਹੀਂ ਬੋਲੀ? ਉਹੀ ਰੀਨਾ ਰਾਏ। ਦੀਪ ਬਾਈ ਮਰ ਗਿਆ ਹੋਵੇ ਉਸੇ ਕਾਰ ਦੇ ਵਿੱਚ, ਤੇ ਉਹਦੇ ਝਰੀਟ ਨਾ ਹੀ ਹੋਵੇ, ਕੀ ਗੱਲ ਬਈ? ਕੋਈ ਐਕਸੀਡੈਂਟ ਕਰਕੇ ਦੇਖੋ ਕਿ ਦੋ ਬੰਦੇ ਬੈਠੇ ਹੋਣ ਤੇ ਇੱਕ ਬੰਦਾ ਸੁੱਤਾ ਪਿਆ ਹੋਵੇ ਤੇ ਉਹਦੇ ਝਰੀਟ ਤੱਕ ਨਾ ਆਵੇ। ਉਹੀ ਰੀਨਾ ਰਾਏ ਜਿਹੜੀ ਫੋਨ ਲੈ ਕੇ ਦੂਜੇ ਤੀਜੇ ਦਿਨ ਹੀ ਬੈਠਣ ਤੇ ਬਹਿ ਗਈ ਸੀ। ਉਹੀ ਰੀਨਾ ਰਾਏ ਜਿਹੜੀ ਭੋਗ ਤੋਂ ਪਹਿਲੀ ਬਾਹਰ ਵਗੀ ਸੀ, ਸੰਸਕਾਰ ਤੇ ਵੀ ਨਹੀਂ ਆਈ, ਫੁੱਲ ਵੀ ਨਹੀਂ ਚੁਗਾਏ। ਉਹੀ ਰੀਨਾ ਰਾਏ ਦਾ ਸਾਥ ਦਿੰਦੇ ਹੋ? ਤੇ ਅੱਜ ਬੜੀ ਰੀਨਾ ਰਾਏ ਤੁਹਾਡੇ ਲਈ ਸੱਚੀ ਸਵਿਤਰੀ ਬਣ ਗਈ ਬਈ। ਝਾੜੂ ਵਾਲਿਆਂ ਨੇ ਸਭ ਤੋਂ ਵੱਧ ਬੇਇੱਜ਼ਤੀਆਂ ਕੀਤੀਆਂ ਨੇ ਕੁੜੀਆਂ ਦੀਆਂ, ਧੀਆਂ ਭੈਣਾਂ ਦੀਆਂ। ਟ੍ਰੋਲ ਕੀਤਾ ਤੁਸੀਂ ਸੋਸ਼ਲ ਮੀਡੀਆ ਤੇ, ਕਿਉਂਕਿ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਤੁਹਾਡੀ ਪਾਰਟੀ ਹੈ। ਸਭ ਤੋਂ ਵੱਧ ਜੇਕਰ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡੇ ਨੇ, ਤਾਂ ਝਾੜੂ ਵਾਲੇ ਖੇਡਿਆ ਸੋਸ਼ਲ ਮੀਡੀਆ ਤੇ। ਤੁਸੀਂ ਇਹ ਨਹੀਂ ਦੇਖਿਆ ਕਿ ਦੀਪ ਕਿਹਦੀ ਲੜਾਈ ਲੜਦਾ ਸੀ? ਉਹ ਤੁਸੀਂ ਬਣ ਕੇ ਭਗਵੰਤ ਮਾਨ ਦੇ ਚਮਚੇ, ਝਾੜੂ ਦੇ ਚਮਚੇ, ਤੁਸੀਂ ਅੱਜ ਦੀਪ ਨੂੰ ਨਿੰਦਣ ਲੱਗੇ ਹੋ? ਕੀ ਕਰ ਲਓਗੇ? ਚੇਅਰਮੈਨੀਆਂ ਲੈ ਲਓਗੇ, ਅਹੁਦੇ ਲੈ ਲਓਗੇ, ਪਰ ਪੰਥ ਦਾ ਮਿਹਣਾ ਖਾਓਗੇ? ਪੰਥ ਦਾ ਮਿਹਣਾ, ਤੇ ਦੀਪ ਬਾਈ ਕਹਿੰਦਾ ਸੀ ਪੰਥ ਦਾ ਮਿਹਣਾ ਸਦੀਆਂ ਪਿੱਛਾ ਨਹੀਂ ਛੱਡਦਾ ਹੁੰਦਾ। ਅੱਜ ਤੁਸੀਂ ਚੰਦ ਚੌਧਰਾਂ ਦੀ ਖਾਤਰ, ਉਹਨਾਂ ਦੇ ਅੱਗੇ ਆਉਣ ਦੀ ਖਾਤਰ ਅੱਜ ਤੁਸੀਂ ਦੀਪ ਬਾਈ ਤੇ ਉਂਗਲਾਂ ਚੱਕਦੇ ਹੋ? ਸੁਣੂ ਆਇਆ ਵੀ ਅਸੀਂ ਭਗਵੰਤ ਮਾਨ ਦੇ ਅੱਗੇ ਚੌੜੇ ਹੋ ਜਾਵਾਂਗੇ ਜੀ, ਅਸੀਂ ਕਰਿਆ ਜੀ ਰੀਨਾ ਰਾਏ ਦਾ ਵਿਰੋਧ, ਦੇ ਲਓ ਸਾਥ, ਤੁਹਾਡੇ ਸਾਥ ਦੇ ਨਾਲ ਕੀ ਹੋਜੂ? ਪਹਿਲਾਂ ਕਿਹੜਾ ਤੁਸੀਂ ਕਦੇ ਕੋਈ ਚੱਜ ਦਾ ਕੰਮ ਕੀਤਾ? ਕੀ ਦੇਤਾ ਪੰਜਾਬ ਨੂੰ? ਕੀ ਕਰਤਾ ਪੰਜਾਬ ਦੇ ਲਈ? ਦੱਸਦਾ ਦਿਓ।
ਆ ਵੀ ਪੰਜਾਬ ਦੇ ਆਹ ਗੱਲ ਕਰਤੀ ਠੱਗੀਆਂ ਇੱਥੇ ਵੱਜ ਰਹੀਆਂ ਨੇ ਏਜੰਟ ਪੈਸੇ ਦੱਬ ਰਹੇ ਨੇ ਲੋਕਾਂ ਦੇ ਰਿਸ਼ਵਤਾਂ ਇੱਥੇ ਚੱਲ ਰਹੀਆਂ ਨੇ ਨੌਜਵਾਨ ਚਿੱਟਾ ਇੱਥੇ ਪੀ ਰਹੇ ਨੇ ਉਹ ਦੇ ਕੀ ਦਿੱਤਾ ਤੁਸੀਂ ਨੇ ਵੱਡੇ ਇਨਕਲਾਬੀਓ ਦੱਸੋ ਕੀ ਦੇਤਾ ਤੁਸੀਂ ਪੰਜਾਬ ਨੂੰ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਧੱਕ ਰਹੇ ਨੇ ਕਲਚਰ ਦੇ ਨਾਮ ਤੇ 3 ਮਹੀਨੇ ਲਾਇਸੈਂਸ ਕੈਂਸਲ ਕੀਤੇ ਸਿੱਖਾਂ ਦੇ ਜਾਣ ਬੁੱਝ ਕੇ ਵੀ ਸਿੱਖਾਂ ਨੂੰ ਹੱਥੇ ਕਰ ਦਈਏ ਜਦੋਂ ਇਹਨਾਂ ਦੇ ਅਟੈਕ ਕਰਨੇ ਹੋਣ ਜਦੋਂ ਮਰਜ਼ੀ ਇਹਨਾਂ ਦੇ ਫੌਜਾਂ ਚਾੜ ਦਈਏ ਨੱਥੇ ਹੋਣਗੇ ਇਹ ਕੰਮ ਕੀਤੇ ਆ ਤੇ ਸੈਂਟਰ ਨਾਲ ਰਲ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਕੌਮ ਲਈ ਲੜ ਰਿਹਾ ਉਹਦੇ ਨਾਲ ਰਲ ਕੇ ਅੰਮ੍ਰਿਤਪਾਲ ਤੇ ਕਰ ਰਹੀਆਂ ਜੇ ਕੋਈ ਚੱਜ ਦਾ ਕੰਮ ਕੀਤਾ ਪੰਜਾਬ ਲਈ ਦੱਸ ਦਿਓ ਤੁਸੀਂ ਰੀਨਾ ਰਾਏ ਦਾ ਬੇਸ਼ੱਕ ਸਾਥ ਦੇ ਲਓ ਪਰ ਦੀਪ ਬਾਈ ਦੇ ਕਿਰਦਾਰ ਨੂੰ ਨਹੀਂ ਗੇਰ ਸਕਦੇ ਆ ਮੈਂ ਕਤੀੜਾ ਨੂੰ ਕਹਿਦਾ ਕਿ ਤੁਸੀਂ ਦੇਗ ਨਹੀਂ ਸਕਦੇ ਜਿੰਨਾ ਮਰਜ਼ੀ ਸਾਥ ਦੇ ਲਓ ਜਿੰਨੇ ਮਰਜ਼ੀ ਪ੍ਰੋਪੋਗੈਂਡੇ ਰਚ ਲਓ ਜੇ ਕੋਈ ਹੋਰ ਬੋਲੇ ਉਦੋਂ ਧੀਆਂ ਦੀ ਇੱਜ਼ਤ ਦੀ ਰਾਖੀ ਤੇ ਜਦੋਂ ਤੁਸੀਂ ਬੋਲੋ ਉਦੋਂ ਧੀਆਂ ਗਦਾਰ ਉਦੋਂ ਤੁਸੀਂ ਧੀਆਂ ਨੂੰ ਕੀ ਕੁਛ ਬੋਲਦੇ ਹੋ ਯਾਦ ਹੈ ਭਾਈ ਯਾਦ ਕਰੋ ਬੇਸ਼ਰਮ ਲੋਕੋ ਯਾਦ ਕਰੋ ਜੇ ਸਰਕਾਰ ਆ ਗਈ ਇਹਦਾ ਮਤਲਬ ਇਹ ਨਹੀਂ ਤੁਸੀਂ ਸਭ ਕੁਛ ਕਰ ਦੋਗੇ ਕੀ ਹੈ ਪੱਲੇ ਤੁਹਾਡੇ ਕੀ ਕਰ ਦੋਗੇ ਪਰਚੇ ਕਰ ਦੋਗੇ ਜੇਲ੍ਹਾਂ ਸਿੱਟ ਦੋਗੇ ਕੀ ਦੀਪ ਨੂੰ ਇੱਥੋਂ ਕਰ ਦੋਗੇ ਦੀਪ ਦੀ ਜਿਹੜੀ ਜਗ੍ਹਾ ਪੰਜਾਬ ਚ ਬਣ ਗਈ ਉਹਨੂੰ ਮਿਟਾ ਦੋਗੇ ਤੁਹਾਡੇ ਪੱਲੇ ਕੱਖ ਨਹੀਂ ਪਰਚੇ ਕਰ ਲੋਗੇ ਜੇਲ੍ਹਾਂ ਸਿੱਟ ਦੋਗੇ ਗੋਲੀਆਂ ਮਰਵਾ ਦੋਗੇ ਪਰ ਦੀਪ ਦੀ ਸੋਚ ਨੂੰ ਨਹੀਂ ਮਿਟਾ ਸਕਦੇ ਜਿੰਨਾ ਮਰਜ਼ੀ ਤੁਸੀਂ ਸੈਂਟਰ ਦਾ ਸਾਥ ਦੇ ਲਓ ਜਿੰਨਾ ਮਰਜ਼ੀ ਤੁਸੀਂ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕਰ ਲਓ ਇਹ ਪੰਜਾਬ ਉੱਠੂਗਾ ਬਾਰ ਬਾਰ ਉੱਠੂਗਾ ਤੇ ਦੀਪ ਵਰਗੇ ਲੋਕਾਂ ਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਪੰਜਾਬ ਦੇ ਲੋਕ ਯਾਰ ਤੁਹਾਡੇ ਤੋਂ ਇੰਨੇ ਪਰੇਸ਼ਾਨ ਨੇ ਕਿ ਕੋਈ ਬੋਲ ਨਹੀਂ ਰਿਹਾ ਤੁਹਾਡੇ ਤੋਂ ਡਰਦਾ ਵੀ ਪਰਚੇ ਕਰਾ ਦੇਣਗੇ ਉਹੀ ਅਕਾਲੀਆ ਕਾਂਗਰਸੀਆਂ ਦੇ ਰਾਹ ਤੇ ਤੁਸੀਂ ਚੱਲ ਪਏ ਹੋ ਤੁਸੀਂ ਕੀ ਦੇਤਾ ਪੰਜਾਬ ਨੂੰ ਇਸ ਕਰਕੇ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲਓ ਝਾੜੂ ਵਾਲਿਓ ਪੀੜ੍ਹੀ ਥੱਲੇ ਤੁਹਾਡੇ ਕਿਰਦਾਰ ਕੋਈ ਜ਼ਿਆਦਾ ਵਧੀਆ ਨਹੀਂ ਤੁਸੀਂ ਕਿਸੇ ਦੇ ਕਿਰਦਾਰ ਤੇ ਉਂਗਲ ਚੱਕੋ ਇਸ ਕਰਕੇ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਬਹੁਤ ਕੁੜੀਆਂ ਦੀਆਂ ਇੱਜ਼ਤਾਂ ਦੇ ਨਾਲ ਖੇਡੇ ਹੋ ਇਕੱਲੇ ਇਕੱਲੇ ਪ੍ਰੂਫ ਪਏ ਨੇ ਕਿ ਤੁਸੀਂ ਕੀ ਕੁਛ ਬੋਲਦੇ ਰਹੇ ਹੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆ ਜਿਹੜੀਆਂ ਕੁੜੀਆਂ ਝਾੜੂ ਨੂੰ ਝਾੜੂ ਦੀ ਪਾਰਟੀ ਛੱਡ ਕੇ ਹੋਰ ਪਾਰਟੀ ਜਾਂਦੀਆਂ ਸੀ ਤੁਸੀਂ ਉਹਨਾਂ ਨੂੰ ਟ੍ਰੋਲ ਕਰਦੇ ਰਹੇ ਹੋ ਰੁਪਿੰਦਰ ਕੌਰ ਰੂਬੀ ਇੱਕ ਕੁੜੀ ਹੋਰ ਹੈ ਉਹਨੂੰ ਟ੍ਰੋਲ ਕੀਤਾ ਅਮਨਦੀਪ ਗੌਂਸਲ ਪਤਾ ਨਹੀਂ ਤੁਸੀਂ ਖੇਡਿਓ ਸੋਸ਼ਲ ਮੀਡੀਆ ਤੇ ਇਸ ਕਰਕੇ ਚੁੱਪ ਰਹੋ ਪੱਲੇ ਦੱਲੇ ਕੱਖ ਨਹੀਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਲਓ ਤੁਸੀਂ ਕੁਛ ਨਹੀਂ ਕਰ ਸਕਦੇ ਕਿਸੇ ਦਾ ਦੀਪ ਬਾਈ ਪੰਜਾਬ ਦਾ ਯੋਧਾ ਸੀ ਹੈ ਤੇ ਰਹੇਗਾ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਜਿੰਨੇ ਮਰਜ਼ੀ ਪ੍ਰੋਪੋਗੈਂਡੇ ਰਚ ਲਓ ਜਿੰਨੀਆਂ ਮਰਜ਼ੀ ਖੇਡਾਂ ਖੇਡ ਲਓ ਤੇ ਤੁਸੀਂ ਕੱਖ ਨਹੀਂ ਵਿਗਾੜ ਸਕਦੇ ਕਿਸੇ ਦਾ ਇੰਨੀਆਂ ਕੁ ਬੇਨਤੀਆਂ ਸੀ ਸ਼ੇਅਰ ਕਰ ਦਿਓ ਇਹਨਾਂ ਨੂੰ ਝਾੜੂ